राजकारणी पार्टी का चुप्पी हैगी है, अकाली भी चुप ने ते नाल जिहड़ी विरोधी धिर दे नेता ने हरपाल सिंह नाले वो दलतों चो ने उन्होंने भी भगवंत मान समेत उन्होंने भी हले तक इन्होंने औरतों के हक के जवाब तक नहीं दी। सानू लगता है कि ये लोग ने जिहड़े इकले सत्ता ही दी है, इन्हों सत्ता तक की इन्हों का मतलब है, होर लोग पिंड डुबण मरन कोई चिंता नहीं इस गल की। लहरा गागा दे पिंड काल बंजारा दी औरतां ने माइक्रो फाइनांस कंपनियां खिलाफ कीता रोस प्रदर्शन। मजदूर मुक्ति मोर्चे ने प्रदर्शन दा कीता समर्थन। पंजाब सरकार मुर्दाबाद, मुर्दाबाद, मोदी सरकार मुर्दाबाद। देश विच कर्फ्यू दौरान हर एक दा सिस्टम हिल गया है, लोकां नूं अपना पेट पालना मुश्किल होया पिया है। इस विच अपने निजी काम लई लाए कर्जियां दी किश्तां दा भुगतान करना भी मुश्किल हो गया है, पर कुछ निजी माइक्रो फाइनांस कंपनियां लोकां दी किश्तां भरन लई दबा दे रहियां हन अते उहनां नूं बुला के परेशान कर रहियां हन। पिछले दिनी पंजाब भर विच बहुत सारे पिंड शहरां विच निजी फाइनांस कंपनियां खिलाफ रोस प्रदर्शन हुए हन, पर अजे तक ना तां इन्हां कंपनियां खिलाफ कोई सख्त कार्रवाई हुई है ते ना ही सरकार वल्लों कोई फैसला लिया गया है। इसे कारण संगरूर जिले दे लहरा ब्लाक दे पिंड काल बंजारा विखे वख-वख माइक्रो फाइनांस कंपनियां दे विरोध विच वड्डी गिनती विच एकत्रित होईयां अपनी आवाज़ नूं बुलंद करदियां औरतां ने भारी गिनती विच प्रदर्शन कीता गया। लहरा गागा दे काल बंजारा विखे माइक्रो फाइनांस कंपनियां खिलाफ रोस प्रदर्शन करदियां इन्हां औरतां दी सरकार नूं बेनती है कि साडे लोन दीआं किश्तां माफ कराईआं जाण, क्योंकि पिछले 3 महीनों तो तालाबंदी कारण रोजगार ना चलन कारण साडे काम बंद पए हन, जिस कारण असीं कर्जे दा भुगतान नहीं कर सकदियां। सारीआं ही कंपनियां सानूं अग्गे तंग परेशान करदियां ने, लॉकडाउन दे दौरान सारेआं दे काम कार ठप्प होए पए ने, हुण आके अग्गों सानूं धमकीआं दिंदे ने वी तुसीं नहीं किश्त भरोंगे तां तुहाडे आधार कार्ड बंद कर दांगे, असीं ऐं सिस्टम कर दांगे, ऐं कर दांगे, अग्गे बारे तुहाडे बच्चिआं नूं कोई नौकरी नहीं मिलनी, कुछ नहीं होणा हैगा, तुहाडे ਬੈਂਕਾਂ 'ਚ ਵੀ ਜਿਹੜਾ ਕੋਈ ਪੈਸਾ ਟਕਾ ਉਹ ਵੀ ਉੱਥੇ ਜ਼ਬਤ ਹੋ ਜੂਗਾ। ਸਰ ਸਾਨੂੰ ਸਾਰੀ ਕੰਪਨੀਆਂ ਤੰਗ ਕਰ ਰਹੀਆਂ ਨੇ, ਜੋ ਵੀ ਅਸੀਂ ਕਿਸੇ ਤੋਂ ਪੈਸਾ ਲਿੱਤਾ ਸਾਨੂੰ ਆ ਕੇ ਸਾਰੇ ਧਮਕੀਆਂ ਦਿੰਦੇ ਨੇ ਵੀ ਤੁਹਾਡਾ ਆਧਾਰ ਕਾਰਡ, ਤੁਹਾਡਾ ਚੈੱਕ ਹੈ, ਜੋ ਵੀ ਤੁਹਾਡਾ ਬੰਦ ਕਰਾ ਦਾਂਗੇ, ਤੁਹਾਡੇ ਬੱਚੇ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਣਗੀਆਂ, ਕਿਉਂਕਿ ਅਸੀਂ 2-2.5 ਲੱਖ ਰੁਪਇਆ ਲੈ ਰੱਖੇ ਜੀ ਸਾਰੀਆਂ ਕੰਪਨੀਆਂ ਦੇ ਵਿੱਚੋਂ, ਕਿਸੇ ਤੋਂ 20, ਕਿਸੇ ਤੋਂ 25, ਕਿਸੇ ਤੋਂ 30 ਵੀ। ਇਸ ਕਰਕੇ ਅਸੀਂ ਗਰੀਬ ਬਹੁਤ ਜਣੇ, ਕੋਈ ਸਾਡੀ ਸਰਕਾਰ ਕੋਈ ਫਿਰ ਹਾਲ ਸਾਡੀ ਕੋਈ ਬੀਬੀਆਂ ਦੀ ਸਾਡੀ ਭੈਣਾਂ ਦੀ ਕੋਈ ਵੀ ਸਾਡੀ ਸੁਣੀ ਨਹੀਂ ਜਾਂਦੀ ਹੈਗੀ। ਅਸੀਂ ਸਰਕਾਰਾਂ ਮੂਹਰੇ ਸਾਰੀਆਂ ਮੂਹਰੇ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਵੀ ਸਾਡੀਆਂ ਸਾਰੀਆਂ ਬੀਬੀਆਂ ਨੇ ਜੋ ਵੀ ਪਿੰਡਾਂ 'ਚ ਨੇ, ਜੋ ਵੀ ਮੇਰੀਆਂ ਭੈਣਾਂ ਸਾਰੀਆਂ ਇੱਥੇ ਨੇੜੇ ਤੇੜੇ ਹੈਗੀਆਂ ਨੇ ਸਾਰੀਆਂ, ਵੀ ਸਾਰੀਆਂ ਬੀਬੀਆਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਹਨ, ਉਸੇ ਤਰ੍ਹਾਂ ਇਹਨਾਂ ਗਰੀਬ ਲੋਕਾਂ ਦੇ ਛੋਟੇ ਕਰਜ਼ਿਆਂ ਨੂੰ ਵੀ ਮਾਫ਼ ਕਰ ਦੇਣਾ ਚਾਹੀਦਾ ਹੈ। ਜਿਵੇਂ ਕਿ ਕਿਸਾਨਾਂ ਦੀਆਂ ਲਿਮਟਾਂ ਮਾਫ਼ ਕਰੀਆਂ ਨੇ, ਸਾਡਾ ਵੀ ਇਹ ਮਾਫ਼ ਕਰਾਇਆ ਜਾਵੇ। ਮਜ਼ਦੂਰ ਮੁਕਤੀ ਮੋਰਚੇ ਨੇ ਔਰਤਾਂ ਦੇ ਰੋਸ ਪ੍ਰਦਰਸ਼ਨ ਦਾ ਸਮਰਥਨ ਕਰਦਿਆਂ ਕਿਹਾ ਕਿ ਨਿੱਜੀ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਲੋਕ ਸਾਡੇ ਪਿੰਡ ਦੀਆਂ ਔਰਤਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਤੰਗ ਪਰੇਸ਼ਾਨ ਕਰ ਰਹੇ ਹਨ, ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ ਅੱਜ ਮਜ਼ਦੂਰ ਮੁਕਤੀ ਮੋਰਚੇ ਦੇ ਵੱਲੋਂ ਜਿਹੜੀ ਔਰਤ ਕਰਜ਼ਾ ਮੁਕਤੀ ਮੁਹਿੰਮ ਛੇੜੀ ਹੋਈ ਹੈ, ਉਹਦੇ ਤਹਿਤ ਅਸੀਂ ਲਹਿਰਾ ਬਲਾਕ ਦੇ ਪਿੰਡ ਕਾਲ ਬੰਜਾਰੇ ਅੱਜ ਇੱਕ ਰੈਲੀ ਕਰੀਏ ਜੀ, ਕਿਉਂਕਿ ਪੰਜਾਬ ਸਰਕਾਰ ਇਹਨਾਂ ਔਰਤਾਂ ਦਾ ਕਰਜ਼ਾ ਜਿਹੜਾ ਫਾਈਨੈਂਸ ਕੰਪਨੀਆਂ ਦਾ ਮਾਫ਼ ਕਰੇ, ਕਿਉਂਕਿ ਫਾਈਨੈਂਸ ਕੰਪਨੀਆਂ ਜਿਹੜਾ ਹੁਣ ਵੀ ਲੋਕਡਾਊਨ ਦੇ ਦੌਰਾਨ ਜਿਹੜਾ ਯਾਨੀ ਕਿ ਆਰ ਬੀ ਆਈ ਦੇ ਹਦਾਇਤਾਂ ਦੇ ਬਾਵਜੂਦ ਵੀ ਅਤੇ ਡੀ ਸੀਆਂ ਦੇ ਬਾਵਜੂਦ ਹਦਾਇਤਾਂ ਦੀਆਂ ਬਾਵਜੂਦ ਵੀ ਅਤੇ ਕਿਸ਼ਤਾਂ ਭਰਾਉਣੋਂ ਅਤੇ ਲੋਕਾਂ ਨੂੰ ਔਰਤਾਂ ਨੂੰ ਤੰਗ ਪਰੇਸ਼ਾਨ ਕਰਨੋਂ ਨਹੀਂ ਹਟ ਰਹੀ। ਅੱਜ ਦੀ ਰੈਲੀ ਦੇ ਵਿੱਚ ਅਸੀਂ ਇਹ ਵੀ ਮੰਗ ਕਰਦੇ ਹਾਂ ਵੀ ਪੰਜਾਬ ਸਰਕਾਰ ਇਹਨਾਂ ਫਾਈਨੈਂਸ ਕੰਪਨੀਆਂ ਤੋਂ ਜਿਹੜੀਆਂ ਪਿੰਡਾਂ 'ਚ ਸ਼ਹਿਰਾਂ ਦੀਆਂ ਬੀਬੀਆਂ ਨੂੰ ਪਰੇਸ਼ਾਨ ਕਰ ਰਹੇ ਨੇ ਤਾਂ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਸਰਕਾਰ ਅਤੇ ਕੰਪਨੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੰਪਨੀਆਂ ਇਸੇ ਤਰ੍ਹਾਂ ਹੀ ਸਾਡੇ ਔਰਤਾਂ ਨੂੰ ਤੰਗ ਪਰੇਸ਼ਾਨ ਕਰਨਗੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ। ਅਗਲਾ ਜਿਹੜਾ ਮਹੀਨੇ ਦੇ ਵਿੱਚ ਅਸੀਂ ਵੱਡਾ ਇਕੱਠ ਕਰਾਂਗੇ, ਭਾਵੇਂ ਡੀ ਸੀਆਂ ਦਾ ਘਿਰਾਓ ਕਰੀਏ, ਭਾਵੇਂ ਇਹਨਾਂ ਦੇ MPML ਦਾ ਕਰੀਏ, ਅਸੀਂ ਸਾਡੀ ਜਥੇਬੰਦੀ ਵੱਲੋਂ ਸਟੈਂਡ ਲਿਆ ਹੋਇਆ ਵੀ ਅਸੀਂ ਇਸ ਸੰਘਰਸ਼ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਇਹ ਕਰਜ਼ਾ ਪੰਜਾਬ ਸਰਕਾਰ। ਗੌਰਤਲਬ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਸਾਰੀਆਂ ਨਿੱਜੀ ਮਾਈਕਰੋ ਫਾਈਨਾਂਸ ਕੰਪਨੀਆਂ ਹਨ ਅਤੇ ਇਹ 10-20 ਔਰਤਾਂ ਦੇ ਸਮੂਹ ਨੂੰ ਬਣਾ ਕੇ ਉਹਨਾਂ ਨੂੰ 20,000 ਤੋਂ 50,000 ਤੱਕ ਦੇ ਛੋਟੇ ਕਾਰੋਬਾਰ ਚਲਾਉਣ ਲਈ ਕਰਜ਼ੇ ਦਿੰਦੀਆਂ ਹਨ ਅਤੇ ਹਰ ਮਹੀਨੇ ਉਹਨਾਂ ਦੇ ਸਮੂਹ ਤੋਂ ਕਿਸ਼ਤਾਂ ਇਕੱਤਰਿਤ ਕਰਦੀਆਂ ਹਨ। ਹੁਣ ਲੋਕਡਾਊਨ ਕਾਰਨ ਇਹ ਸਿਸਟਮ ਬੰਦ ਹੋ ਗਿਆ ਹੈ, ਜਿਸ ਕਾਰਨ ਹੜਕੰਪ ਮਚ ਰਹੇ ਹਨ। ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗ੍ਰਾਹਕਾਂ ਨਾਲ ਅੱਛੇ ਰਿਸ਼ਤੇ ਬਣਾ ਕੇ ਰੱਖਣ, ਜੇ ਇਸੇ ਤਰ੍ਹਾਂ ਨਹੀਂ ਹੁੰਦਾ ਤਾਂ ਸਰਕਾਰ ਨੂੰ ਉਹਨਾਂ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਭਾਰਤ ਸੰਦੇਸ਼ ਲਈ ਲਹਿਰਾ ਗਾਗਾ ਤੋਂ ਬਲਵਿੰਦਰ ਸਿੰਘ ਦੀ ਰਿਪੋਰਟ।